ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ TAT4 ਨਿਊਜ਼ ਤੋਂ ਗੱਲ ਅੱਜ ਕਰਾਂਗੇ ਕਰੋਨਾ ਦੀ। ਕਰੋਨਾ ਦੇ ਵਿੱਚ ਕੰਮਾਂ ਕਾਜਾਂ ਦਾ ਕੀ ਹਾਲ ਹੈ, ਉਹਦੇ ਸਾਡੇ ਨਾਲ ਥਿੰਦ ਜੀ ਨੇ, ਉਹ ਚਾਨਣਾ ਪਾਣਗੇ ਕੰਮਾਂ ਕਾਜਾਂ 'ਤੇ। ਥਿੰਦ ਜੀ, ਥਿੰਦ ਜੀ, ਜੋ ਅੱਜ ਕੰਮਾਂ ਕਾਜਾਂ ਦੇ ਹਾਲਾਤ ਹੋਏ ਪਏ ਨੇ ਕਰੋਨਾ ਕਰਕੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੱਧਮ ਵਰਗ ਬਾਰੇ, ਪ੍ਰਵਾਸੀ ਮਜ਼ਦੂਰਾਂ ਬਾਰੇ, ਜੋ ਅੱਜ ਦੇ ਹਾਲਾਤ ਨੇ ਉਹਨਾਂ ਬਾਰੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅੱਜ ਤੁਹਾਨੂੰ ਪਤਾ ਹੀ ਹੈ ਜਿਵੇਂ ਕਰੋਨਾ ਵਾਇਰਸ ਕੰਮ ਕਾਰਾਂ ਦਾ ਇੰਨਾ ਮਾੜਾ ਹਾਲ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਸਾਰੇ ਕੰਮ ਕਾਰ ਵਾਲੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ, ਜਿਵੇਂ ਵਪਾਰੀ ਵਰਗ ਨੂੰ ਬਹੁਤ ਨੁਕਸਾਨ ਹੋਇਆ ਇਹਦਾ, ਜਿਵੇਂ ਛੋਟੀਆਂ ਛੋਟੀਆਂ ਦੁਕਾਨਾਂ ਹੋ ਗਈਆਂ, ਕਲੋਥ ਦੀ ਸ਼ੋਪਸ ਹੋ ਗਈਆਂ, ਖਿਡੌਣੇ ਦੀਆਂ ਦੁਕਾਨਾਂ ਹੋ ਗਈਆਂ, ਇਸ ਲਈ ਕੋਈ ਵੀ ਦੁਕਾਨਾਂ ਜਿਹੜੀ ਵੀ ਹੈ ਕਰਿਆਨੇ ਤੋਂ ਲੈ ਕੇ ਸਾਰੀਆਂ ਪ੍ਰਭਾਵਿਤ ਹੋਈਆਂ ਇਸ ਨਾਲ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਮਾੜਾ ਅਸਰ ਹੋਇਆ, ਅਰਥ ਵਿਵਸਥਾ ਨੂੰ। ਅਤੇ ਮੈਂ ਇਹ ਕਹਿਣਾ ਚਾਹੁੰਦਾ ਅੱਗੇ ਕਿ ਜਿਹੜੀ ਗੱਲ ਕਰਦੇ, ਜਿਵੇਂ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਚੱਲਦੇ ਹਾਂ ਆਪਾਂ, ਜਿਹੜੀ ਮੇਨ ਗੱਲ ਹੈ, ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਆਰਡਰ ਹੋ ਗਿਆ, ਸਾਰਾ ਕੁਛ ਹੋ ਗਿਆ, ਚਲੋ ਉਹਦੇ ਨਾਲ ਅਰਥ ਵਿਵਸਥਾ 'ਚ ਬੜਾ ਫਰਕ ਪਿਆ। ਸੁਣਨ ਦੇ ਵਿੱਚ ਆਇਆ ਕਿ 45 ਕਰੋੜ 4500 ਕਰੋੜ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਫਰਕ ਪਿਆ ਇਹਦਾ, ਅਰਥ ਵਿਵਸਥਾ 'ਤੇ ਬਹੁਤ ਫਾਇਦਾ ਸੀ। ਪਰ ਦਿੱਕਤ ਇਹ ਆਈ ਹੈ ਕਿ ਜਿਵੇਂ ਠੇਕੇਦਾਰਾਂ ਨੇ ਹੁਣ ਹੜਤਾਲ ਕਰਤੀ, ਕਿਉਂਕਿ 70% ਕਰੋਨਾ ਟੈਕਸ ਜਿਹੜਾ ਲੱਗਿਆ, ਇਹ ਕਹਿਣਾ ਨਹੀਂ ਚਾਹੁੰਦਾ, ਵੈਸੇ ਹੈ ਤਾਂ ਨਜਾਇਜ਼ ਗੱਲ ਹੈ ਇਹ, ਠੀਕ ਹੈ ਜੀ। ਦੂਜੇ ਵਪਾਰੀਆਂ ਦਾ ਬੜਾ ਨੁਕਸਾਨ ਹੋਇਆ ਇਸ ਨਾਲ, ਸਾਰੀ ਦੁਕਾਨਾਂ ਬੰਦ ਹੈ। ਅਤੇ ਮੈਂ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਵੇਂ ਸਰਕਾਰੀ ਅਦਾਰੇ ਕਾਫੀ ਖੁੱਲ੍ਹ ਚੁੱਕੇ, 90% ਸਰਕਾਰੀ ਅਦਾਰੇ ਹੈ, ਜਿਵੇਂ ਰਜਿਸਟਰੀਆਂ ਵੀ ਖੁੱਲ੍ਹ ਗਈਆਂ, ਹੋਰ ਸਰਕਾਰੀ ਅਦਾਰੇ ਸਾਰੇ ਖੁੱਲ੍ਹ ਚੁੱਕੇ ਹੈ। ਜਿਵੇਂ ਉਹ ਖੋਲ੍ਹੇ ਹੈ, ਇਸਤਰੀ ਜਿਵੇਂ ਦੁਕਾਨਦਾਰ ਹੈਗੇ ਹੈ, ਇਹਨਾਂ ਨੂੰ ਵੀ ਪਰਮਿਸ਼ਨ ਦੇਣੀ ਚਾਹੀਦੀ ਹੈ ਖੋਲ੍ਹਣ ਦੀ। ਜਿਵੇਂ ਮੌਲਸ ਹੋ ਗਏ, ਸਕੂਲ ਹੋ ਗਏ, ਕਾਲਜ ਹੋ ਗਏ, ਉੱਥੇ ਤਾਂ ਚਲੋ ਰਸ਼ ਹੁੰਦਾ, ਮੰਨਦੇ ਹਾਂ ਆਪਾਂ, ਅਤੇ ਉਹ ਵਧੀਆ ਡਿਸੀਜਨ ਹੈ ਕਿ ਚਲੋ ਉਹ ਬੰਦ ਪਿਆ। ਅਤੇ ਦੁਕਾਨਾਂ ਦੀ ਪਰਮਿਸ਼ਨ ਚਾਹੁੰਦੇ ਹਾਂ ਅਸੀਂ, ਅੱਗੇ ਸਰਕਾਰ ਕੋਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਇਹ ਖੁੱਲ੍ਹਣੇ ਚਾਹੀਦੇ ਹੈ। ਬਾਹਲੀ ਦਿੱਕਤ ਆਈ ਹੋਈ ਹੈ, ਅਰਥ ਵਿਵਸਥਾ ਕਮਜ਼ੋਰ ਹੈ, ਪਹਿਲੀ ਸਾਰੀ ਤੁਹਾਨੂੰ ਪਤਾ ਹੀ ਹੈ ਮਿਡਲ ਕਲਾਸ ਹੀ ਫੈਮਿਲੀਜ਼ ਹੈ, ਇੱਥੇ ਨੁਕਸਾਨ ਬਹੁਤ ਹੋਇਆ ਹੈ ਕਰੋਨਾ ਕਰਕੇ। ਅਤੇ ਪ੍ਰਵਾਸੀ ਮਜ਼ਦੂਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਪ੍ਰਵਾਸੀ ਮਜ਼ਦੂਰ ਤਾਂ ਵਿਚਾਰੇ ਪਤਾ ਹੀ ਹੈ ਤੁਹਾਨੂੰ, ਆਪਣੇ ਆਪਣੇ ਪ੍ਰਵਾਸੀ ਤਾਂ ਆਪਣੇ ਆਪਣੇ ਦੇਸ਼ਾਂ 'ਚ ਚਲੇ ਗਏ, ਜਿੱਥੇ ਜਿੱਥੇ ਉਹਨਾਂ ਦਾ ਆਵਾਜ਼ ਸੀ, ਸਾਰੇ ਇੰਡਸਟਰੀਜ਼ ਬੰਦ ਹੋ ਚੁੱਕੀਆਂ। ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਬੜਾ ਹੋਇਆ, ਬਥੇਰੇ ਵਿਚਾਰਿਆਂ ਨੇ ਡਾਂਗਾ ਵੀ ਖਾਈਆਂ ਪ੍ਰਸ਼ਾਸਨ ਤੋਂ, ਉਹ ਵਿਚਾਰੇ ਹੁਣ ਵੀ ਡਰ ਡਰਦੇ, ਮਤਲਬ ਤਕਰੀਬਨ ਹੁਣ 1500 ਕੱਲ੍ਹ ਦੀ ਗੱਲ ਹੈ, ਇੱਥੋਂ ਪਟਿਆਲੇ ਤੋਂ ਵੀ ਸਾਡੇ ਗਏ ਹੈ ਇਹ, ਠੀਕ ਹੈ। ਪਰ ਇੰਡਸਟਰੀਜ਼ ਨੂੰ ਬਹੁਤ ਫਰਕ ਪਿਆ, ਜਿਹੜੇ ਇੰਡਸਟਰੀਜ਼ ਆਪਣੀਆਂ ਸੀ, ਬੜਾ ਨੁਕਸਾਨ ਹੋਏਗਾ, ਇਹ ਜਲਦੀ ਜਲਦੀ ਨਹੀਂ ਸਿਸਟਮ ਬਣਨਾ ਨਹੀਂ ਹੈ। ਅਤੇ ਥਿੰਦ ਸਾਹਿਬ, ਤੁਹਾਨੂੰ ਇੱਕ ਗੱਲ ਕੀਤੀ ਹੈਗੀ ਕਿ ਜਿਸ ਵਿੱਚ ਤੁਸੀਂ ਕਿਹਾ ਹੈਗਾ ਕਿ 50 ਤੋਂ ਉੱਪਰ ਜੋ ਕਿ ਹੈ ਉਹ ਇਕੱਠ ਨਹੀਂ ਹੋਣਾ ਚਾਹੀਦਾ, ਪਰ ਜੋ ਫੈਕਟਰੀਜ਼ ਨੇ ਉਹਨਾਂ ਦੇ ਵਿੱਚ ਕਿਸੇ 'ਚ 50 ਤੋਂ ਉੱਪਰ ਵਰਕਰ, ਕਿਸੇ 100, ਕਿਸੇ 200 ਹੈ ਨਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਉਹਨਾਂ ਬਾਰੇ ਕੀ ਅਪੀਲ ਕਰਨਾ ਚਾਹੋਗੇ ਕਿ ਸਰਕਾਰ ਨੂੰ ਉਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ, ਨਹੀਂ ਦੇਣੀ ਚਾਹੀਦੀ? ਸਰ ਬਿਲਕੁਲ ਪਰਮਿਸ਼ਨ ਦੇਣੀ ਚਾਹੀਦੀ ਹੈ, ਪਰ ਜੋ ਵੀ ਕਰੋਨਾ ਦੇ ਜੋ ਵੀ ਸਿਸਟਮ ਬਣਾਇਆ ਹੋਇਆ, ਡਿਸਟੈਂਸ ਮੇਨਟੇਨੈਂਸ ਦਾ ਹੋ ਗਿਆ, ਹੋਰ ਜਿਹੜੇ ਮਾਸਕ, ਜੋ ਵੀ ਰੂਲਸ ਇਹਨਾਂ ਨੇ ਉਹ ਕਰੇ ਹੋਏ ਆ, ਉਹ ਫੋਲੋ ਕਰਨੇ ਚਾਹੀਦੇ ਆ। ਜੇ ਆਪਾਂ ਡਿਸਟੈਂਸ ਮੇਨਟੇਨ ਰੱਖੇਂਗੇ ਤਾਂ ਹੀ ਇਸ ਤੋਂ ਬਚਾਅ ਰੱਖਿਆ ਜਾ ਸਕਦਾ, ਬਾਕੀ ਸੈਨੀਟਾਈਜ਼ਿੰਗ ਹੋ ਗਈਆਂ, ਹੋਰ ਜੋ ਵੀ ਦੱਸਿਆ ਗਿਆ ਉਸ ਹਿਸਾਬ ਨਾਲ ਚੱਲਣਾ ਚਾਹੀਦਾ। ਇਹ ਅਰਥ ਵਿਵਸਥਾ ਨੂੰ ਨੁਕਸਾਨ ਹੋ ਸਕਦਾ, ਇਹ ਚੱਲਣਾ ਚਾਹੀਦਾ ਸਾਰਾ ਸਿਸਟਮ। ਜੇ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਆ, ਉਹ ਸਰਕਾਰੀ ਅਦਾਰੇ ਖੁੱਲ੍ਹ ਸਕਦੇ ਆ, ਰਜਿਸਟਰੀ ਖੁੱਲ੍ਹ ਸਕਦੀਆਂ, ਅਤੇ ਦੁਕਾਨਾਂ ਇੰਡਸਟਰੀ ਖੁੱਲ੍ਹਣੀਆਂ ਚਾਹੀਦੀਆਂ, ਕਿਉਂਕਿ ਅਰਥ ਵਿਵਸਥਾ ਬੜੀ ਮਾੜੀ ਪਹਿਲਾਂ ਹੀ ਸੀ, ਕਰੋਨਾ ਤੋਂ ਪਹਿਲੇ ਮਾੜੀ ਸੀ, ਹੁਣ ਜਿਵੇਂ ਪਹਿਲੀ ਗੱਜੇ ਸੀ ਉੱਪਰ, ਹੁਣ ਔਲੇ ਪਾਉਣ ਵਾਲਾ ਕੰਮ ਹੋ ਗਿਆ। ਪਰ ਥਿੰਦ ਜੀ, ਹੁਣ ਜੇ ਆਪਾਂ ਹਿਸਾਬ ਕਿਤਾਬ ਲਈਏ ਕਿ ਜੇ ਸਾਰੇ ਅਦਾਰੇ ਸਰਕਾਰ ਵੱਲੋਂ ਖੋਲ੍ਹ ਦਿੱਤੇ ਜਾਣ, ਪ੍ਰਾਈਵੇਟ ਸੈਕਟਰ ਵੀ ਖੋਲ੍ਹ ਦਿੱਤਾ ਜਾਵੇ, ਤਾਂ ਉਸ ਨਾਲ ਜਿਹੜਾ ਕਰੋਨਾ ਦੀ ਵੱਧਦੀ ਸੰਖਿਆ, ਉਸ 'ਤੇ ਵੀ ਬਹੁਤ ਜ਼ਿਆਦਾ ਅਸਰ ਪਏਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ ਇਹਦਾ ਕੋਈ ਫਰਕ ਨਹੀਂ ਪੈਂਦਾ ਹੈਗਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਬਸ ਜੋ ਵੀ ਰੂਲਸ ਬਣਾਏ ਹੋਏ, ਜਿਵੇਂ ਡਿਸਟੈਂਸ ਮੇਨਟੇਨ ਦਾ ਹੋ ਗਿਆ, ਡਿਸਟੈਂਸ ਮੇਨਟੇਨ ਰੱਖਣਾ ਚਾਹੀਦਾ, ਮਾਸਕ ਹੋ ਗਿਆ, ਹੋਰ ਵੀ ਜੋ ਵੀ ਰੂਲਸ ਹੈ ਉਹ ਫੋਲੋ ਕਰਨੇ ਚਾਹੀਦੇ ਆ, ਇਸ 'ਤੇ ਸਖਤੀ, ਇਸ 'ਤੇ ਚੈਕਿੰਗ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲੱਗਣੀ ਚਾਹੀਦੀ ਹੈ। ਪਰ ਇਹਦੇ ਨਾਲ ਕਰਫਿਊ ਦੇ ਦੌਰਾਨ ਜੋ ਵੀ ਹੈਗਾ, ਜੇ ਠੇਕੇ ਖੋਲ੍ਹਤੇ, ਸਰਕਾਰੀ ਅਦਾਰੇ 90% ਖੋਲ੍ਹਤੇ, ਇਹ ਦੁਕਾਨਾਂ ਵੀ ਖੋਲ੍ਹ ਦੇਣੀ ਚਾਹੀਦੀਆਂ, ਜੇ ਡਰ ਉਹਨਾਂ ਨੂੰ ਕਿਹੜਾ, ਉੱਥੇ ਕਿਹੜਾ ਨਹੀਂ ਡਰ ਹੋਏਗਾ, ਦਿੱਕਤ ਤਾਂ ਦਿੱਕਤ ਹੀ ਹੈ ਨਾ ਸਰ। ਜਾਂ ਤਾਂ ਉਹ ਵੀ ਨਾ ਖੋਲ੍ਹੋ, ਫਿਰ ਪੂਰਾ ਹੀ ਕਰਫਿਊ ਬਣਾਓ, ਜਿਵੇਂ ਕਰਫਿਊ ਦਾ ਸਿਸਟਮ ਹੈ ਉਸ ਤਰ੍ਹਾਂ ਕਰੋ। ਇਹ ਥੋੜ੍ਹੀ ਹੈ ਕਿ 4 ਚੀਜ਼ਾਂ ਬੰਦ ਕਰਤੀਆਂ, ਬਾਕੀ ਸਾਰੀਆਂ ਖੋਲ੍ਹਤੀਆਂ, ਇਹ ਠੀਕ ਨਹੀਂ ਹੈ ਸਰ। ਬਾਕੀ ਥਿੰਦ ਸਾਹਿਬ, ਇਸ ਤੋਂ ਬਾਅਦ ਸਰਕਾਰ ਨੂੰ ਕੋਈ ਅਪੀਲ ਇਹਨਾਂ ਦੇ ਬਾਰੇ, ਆਪਣਾ ਪ੍ਰਵਾਸੀ ਮਜ਼ਦੂਰਾਂ ਬਾਰੇ, ਜਾਂ ਕੰਮ ਕਾਜ ਨੇ ਜੋ ਅੱਜ ਦੇ ਹਾਲਾਤ ਦੇ ਕੰਮ ਕਾਜਾਂ ਦੇ, ਉਹਨਾਂ ਬਾਰੇ ਕੁਛ ਕਹਿਣਾ ਚਾਹੋਗੇ ਆਖਰੀ? ਸਰ ਮੈਂ ਆਲਰੇਡੀ ਪਹਿਲਾਂ ਕਹਿ ਚੁੱਕਿਆ ਸਾਰਾ ਕੁਛ ਜੋ ਵੀ ਹੈਗਾ, ਬਸ ਜਿਹੜੀ ਮੈਂ ਗੱਲ ਕਹਿਤੀ ਕਿ ਜਿਵੇਂ 90% ਅਦਾਰੇ ਖੁੱਲ੍ਹ ਚੁੱਕੇ,
इस तरीके दुकाना दुकाना भी खोलनी चाहिए है, पर जो रूल्स है डिस्टेंस मेंटेन हो गया, मास्क हो गया, जो भी हदायत सैनिटाइजिंग ये पूरा होना चाहिए है, क्योंकि यह जरूरी है इस तो बचने वास्ते। धन्यवाद सिंह साहब, बहुत बहुत ते सन साढ़े नाल सिंह साहब जिन्होंने कि चानना पाया कि प्रवासी मजदूरों का की हाल है, बिजनेसमैन मध्यम वर्ग का जिहड़ा व्यापारी है वो किस हालात के विचों गुजर रहा है। थिंद साहब ने उस दे बारे उन्होंने लेके सरकार को कुछ मांग की है। धन्यवाद जी, मैं जतिंदर कैमरामैन विशाल देना TAT4 तो।